ਅੱਜ ਦਾ ਵਲੌਗ ਮੈਂ ਸਟਾਰਟ ਕਰ ਰਿਹਾ ਵਾਂ, ਮਤਲਬ ਅਰਾਊਂਡ 1 ਵਜ ਚੁੱਕਿਆ, 1 ਤੋਂ ਵੀ ਉੱਪਰ ਟਾਈਮ ਹੋ ਗਿਆ। ਹੁਣ ਸਟਾਰਟ ਕਰ ਰਿਹਾ ਕਿਉਂਕਿ ਸਵੇਰ ਦਾ ਅੱਜ ਮੈਂ ਜਿਮ ਵੀ ਨਹੀਂ ਗਿਆ ਕਿਉਂਕਿ ਐਡੀਟਿੰਗ ਦਾ ਕੰਮ ਹੋਇਆ ਤਾਂ ਪਿਆ ਸੀਗਾ ਆਪਣੀ ਮੇਨ ਚੈਨਲ ਦੀ ਵੀਡੀਓ ਦਾ, ਤਾਂ ਉਹਨੂੰ ਆਲਮੋਸਟ 4 ਦਿਨ ਹੋ ਗਏ, ਅੱਜ 5ਵਾਂ ਦਿਨ ਆ। ਅਤੇ ਆਪਾਂ ਅੱਜ ਫਿਰ ਚੱਲੇ ਹਾਂ, ਅੱਜ ਆਪਾਂ ਚੱਲੇ ਹਾਂ ਰਾਏਕੋਟ, ਆਪਾਂ ਗੱਡੀ ਦੀ ਮੋਡੀਫਿਕੇਸ਼ਨ ਵੀ ਕਰਵਾਉਣੀ ਆ, ਅਤੇ ਉਸ ਤੋਂ ਬਾਅਦ ਆਪਾਂ 3-4 ਬੇਲੀਆਂ ਨੂੰ ਵੀ ਮਿਲਣਾ ਆਪਣਿਆਂ ਨੂੰ, ਕਿਉਂਕਿ ਬਹੁਤ ਦਿਨਾਂ ਦੇ ਕਹਿ ਰਹੇ ਸੀਗੇ ਯਾਰ, ਤੁਹਾਨੂੰ ਪਤਾ ਮੇਨ ਚੈਨਲ ਦੀ ਵੀਡੀਓ ਨਹੀਂ, ਬਹੁਤ ਜ਼ਿਆਦਾ ਮਤਲਬ ਟਾਈਮ ਕੰਜ਼ਿਊਮ ਕਰ ਲੈਂਦੀ ਆ ਉਹ, ਤਾਂ ਕਰਕੇ ਆਪਾਂ ਨੂੰ ਜਾਇਆ ਨਹੀਂ ਗਿਆ। ਹੁਣ ਆਪਾਂ ਪਿੱਕ ਕਰਦੇ ਹਾਂ ਇੱਕ ਦੂਜੇ ਨੂੰ, ਫਿਰ ਆਪਾਂ ਚੱਲਦੇ ਹਾਂ ਸਿੱਧਾ ਰਾਏਕੋਟ ਅਤੇ ਮਿਲਦੇ ਹਾਂ। ਕਿੱਦਾਂ ਲੱਗਦਾ ਫਿਰ ਬਾਈ? ਜਿੱਦਾਂ ਕਹਿੰਦਾ ਗੋਡ ਲੱਗਦੇ ਆ। ਵਾਹ, ਠੀਕ ਹੈ ਬ੍ਰੋ, ਓਕੇ ਬਾਏ ਬਾਏ ਬ੍ਰੋ, ਓਕੇ ਸੀ ਯੂ ਟਮੋਰੋ। ਨਹੀਂ ਹੋਏ ਇੰਨੇ ਪੈਸੇ, ਹੈ ਨਹੀਂ ਟਮੋਰੋ ਵਾਲੇ। ਗੱਲ ਹੋਰ ਕਿ ਮੈਂ ਹਾਂ ਟੀ ਸ਼ਰਟ ਚੇਂਜ ਕਰ ਲਈ ਆ ਉਹਦੀ, ਕਿਉਂਕਿ ਮੈਂ ਇੱਕ ਲੈਣੀ ਸੀ ਟੀ ਸ਼ਰਟ, ਮੈਂ ਮੰਗਵਾਈ ਹੋਈ ਸੀਗੀ, ਆਈ ਨਹੀਂ ਸੀ ਬਹੁਤ ਟਾਈਮ ਦੀ, ਹੁਣ ਆ ਚੁੱਕੀ ਸੀਗੀ, ਤਾਂ ਮੈਂ ਅੱਜ ਫਿਰ ਲੈ ਕੇ ਪਾ ਲਈ ਇਹ। ਬਾਕੀ ਯਾਰ ਇਹ ਪੂਰਾ ਵਧੀਆ ਬਲੈਕ ਲਿਸਟਡ ਕੰਮ ਕਰਾਇਆ ਹੋਇਆ ਇਹਨਾਂ ਨੇ ਵੀ, ਹੈ ਮੈਂ ਵੀ ਸੋਚ ਰਿਹਾ ਸੀਗਾ ਟੈਰਾਂ 'ਤੇ ਨਾ ਉੱਥੇ ਬਲੈਕ ਲਿਸਟਡ ਹੈ ਇਸੇ ਲੋੜ ਨਾ ਲਿਖਾਉਣ ਦਾ, ਬੜੇ ਗੱਲ ਦੀ ਬਣੀ ਨਹੀਂ ਉਹ ਮੇਰੇ ਵਾਲੀ। ਬਾਕੀ ਦੇਖੂੰਗਾ ਯਾਰ, ਜੇ ਦਿਨਾਂ ਦਾ ਕੋਈ ਹੈ ਨਾ ਮਾਹੌਲ ਚੱਲ ਬਣਦਾ ਹੋਇਆ, ਮੈਂ ਸਾਰੀ ਮੋਡੀਫਿਕੇਸ਼ਨ ਕਰਾਉਣੀ ਆ। ਬਾਕੀ ਇਹਨਾਂ ਤੋਂ ਮੈਂ ਸਲਾਹ ਲੈਂਦਾ ਵਾਂ ਮੋਡੀਫਿਕੇਸ਼ਨ ਦੀ, ਕਿ ਇਹਨੂੰ ਜ਼ਿਆਦਾ ਪਤਾ ਵਾ ਮਿੰਟਾਂ ਦਾ ਪਤਾ ਨਹੀਂ ਹੈ ਨਾ, ਕਿਉਂਕਿ ਮੈਂ ਯਾਰ ਤੁਹਾਨੂੰ ਪਤਾ ਸਿੰਪਲ ਸਾਦਾ ਜਿਹਾ ਬੰਦਾ ਵਾਂ, ਮੈਨੂੰ ਇੰਨੀ ਅਕਲ ਨਹੀਂ ਹੈਗੀ ਕਿਹੜਾ ਕੰਮ ਕਿਵੇਂ ਕਰਾਉਣਾ ਕਿਵੇਂ ਨਹੀਂ। ਬਾਕੀ ਯਾਰ ਇਹਨੇ ਵੀ ਨਵੀਂ ਗੱਡੀ ਲਈ ਸੀ ਪਿਛਲੇ ਸਾਲ, ਅਤੇ ਇਹਨੇ ਵੀ ਸਕਰੈਚ ਵਿੱਚ ਵਾਹਵਾ ਹੀ ਪਾ ਲਏ ਇੱਥੇ, ਤਾਂ ਜਦੋਂ ਇਹਨੇ ਗੱਡੀ ਲਈ ਅਗਲੇ ਸਾਲ ਇਹਦਾ ਫੇਸ ਲਿਫਟ ਆ ਗਿਆ, ਤਾਂ ਯਾਰ ਤੈਨੂੰ ਕਿਵੇਂ ਲੱਗਿਆ ਬਾਬੇ, ਤੂੰ ਗੱਡੀ ਲਈ ਅਗਲੇ ਸਾਲ ਫੇਸ ਲਿਫਟ ਆ ਗਿਆ ਇਹਦਾ? ਆਪਣੀ ਗੱਡੀ ਚਾਹੀਦੀ ਨਹੀਂ ਕਹਿਣੀ, ਇਹਨੇ ਵਧੀਆ ਸਲਾਹ ਦਿੰਦਾ ਬੰਦਾ। ਗੱਡੀ ਮੋਟੀਵੇਸ਼ਨ ਕਰਾਵਾਂਗੇ ਤੇ ਹੁਣ ਤੁਹਾਨੂੰ ਦੂਜੇ ਬੰਦੇ ਕੋਲ ਲੈ ਕੇ ਜਾਂਦਾ ਵਾ, ਠੀਕ ਹੈ, ਜਿਹੜਾ ਖਰਚੀਲਾ ਉਹਨੂੰ ਪੁੱਛਦੇ ਆ। ਓਏ ਨੂਰ, ਨੂਰ ਉਰੇ ਆਈ ਮਾੜਾ ਆ, ਤੈਨੂੰ ਪੁੱਛਣਾ ਮੈਂ ਗੱਡੀ ਦੀ ਮੋਡੀਫਿਕੇਸ਼ਨ ਦਾ ਸਬਕ ਕੀ ਕਰਾ ਸਕਦੇ ਆ, ਜਿਹੜੀ ਵੀ ਤੈਨੂੰ ਪਤਾ ਸਾਰੀ ਦੱਸ ਦੇ। ਹੁਣ ਲਵਾਉਣੀ ਪੈਣੀ ਤਾਂ ਲਵਾਈ ਆ ਇਹ ਪੈਸੇ ਪੂਰੇ ਕਰਨ ਲਈ, ਨਹੀਂ ਤਾਂ ਮੈਂ ਪੜ ਦੇਣੀ ਸੀ ਨਾਲ ਹੀ। ਹੁਣ ਦੱਸ ਕੀ ਕਰਾਈ ਇਹਦੇ ਵਿੱਚ? ਚੋਬਰ ਯਾਰਾਂ ਦਾ ਯਾਰ, ਕੋਈ ਰਹਿ ਤਾਂ ਨੀ ਗਿਆ ਫੋਨ ਵਾਲਾ, ਕੋਈ ਰਹਿ ਤਾਂ ਨੀ ਗਿਆ, ਦੇਖ ਲੋ। ਚੱਲ ਸਹੀ ਆ ਫਿਰ ਵੀ, ਹਾਂ ਰਹਿ ਗਿਆ ਸੀ, ਉਹਨੇ ਵੀ ਕੱਢ ਹੀ ਲਿਆ ਬਾਈ, ਉਹਨਾਂ ਦਾ ਟਰੈਕਟਰ ਵੀ ਸਰਾ ਹੈ ਬਾਬੇ। ਉਹਨੂੰ ਪੁੱਛਿਆ ਮੈਂ ਕਿਹਾ ਦੱਸ ਕੀ ਮੋਟੀਵੇਸ਼ਨ ਹੈਗਾ, ਲੈਟਾਂ ਚੇਂਜ ਕਰਾ ਦੇ ਫੋਗ ਲੈ ਬਾਬੇ, ਹੁਣ ਉਹਦੀ ਸਲਾਹ ਚੱਕਵੀ ਆ, ਉਹਦੀ ਸਲਾਹ ਚੱਕਵੀ ਆ, ਵਧੀਆ ਲੱਗਦਾ ਬੰਦਾ। ਇਹਦੇ ਵੀ ਸੋਹਣੀ ਸੀ, ਇਹਦੇ ਵੀ ਬਾਏ ਵਾਲੀ ਕਹਿੰਦਾ, ਪਰ ਬਾਬੇ ਮਤਲਬ ਇਹ ਦੇਖਣ ਨੂੰ ਪੂਰੀ ਚੀਜ਼ ਤਗੜੀ ਹੈ, ਉਹਦੇ ਸਪੀਕਰ ਜ਼ਿਆਦਾ ਅਤੇ ਇਹ ਜਿਹੜੀ ਆ ਇਹ ਮਤਲਬ ਇਹਦੇ ਬੂਫਰ ਵਾਫਰ ਵਾਲਾ ਤਗੜੇ ਆ। ਬਰੇ ਪਾਗ ਦਾ ਢਿੱਲੀ ਹੋ ਗਈ, ਮੈਨੂੰ ਸਮਝ ਹੀ ਨਹੀਂ ਆ ਰਿਹਾ, ਖੂਨ ਦਾ ਦਬਾਅ ਵੱਧ ਗਿਆ ਦਿਮਾਗ 'ਚ, ਤਾਂ ਅੱਤ ਮੈਨੂੰ ਪਾਈ ਹੋਈ ਸੀਗੀ ਬੇਸ ਦੀ, ਤਾਂ ਬਟ ਬਹਿ ਕੇ ਇੱਕ ਵਾਰੀ ਸਵਾਦ ਆ ਗਿਆ ਪੂਰਾ, ਮਤਲਬ ਨਾ ਬਾਬੇ ਮੈਂ ਉੱਪਰ ਬਹਿ ਕੇ ਜੋ ਕਿਹਾ ਕਿਹਾ, ਪਰ ਹੁਣ ਮੈਂ ਸੁਰਤ ਵਿੱਚ ਬੋਲਦਾ ਕਿ ਇਹ ਬੀ ਪਾੜੂ ਚੀਜ਼ ਆ, ਬਾਕੀ ਵਧੀਆ ਬੂਟਾ ਵਾ। ਹੁਣ ਹੁੱਕਾ ਦੇ ਦੇ।
ਸਹੀ ਗੱਲ ਆ ਇਹ ਬਈ ਟਰੈਕਟਰ ਆਹੋ ਅੰਦਦਾਤਾ ਅੰਦਦਾਤਾ ਬਦਲ ਗਿਆ ਤੂੰ ਬਦਲ ਗਿਆ ਪੈਰ ਪੈਰ ਤੇ ਬਦਲਦਾ ਟੀ ਸ਼ਰਟ ਨਵੀਂ ਤਾਂ ਲੈ ਆਇਆ ਪਰ ਬਾਬੇ ਗਰਮੀ ਨਾਲ ਨਾ ਮਤਲਬ ਕੰਮ ਖਰਾਬ ਹੀ ਹੋ ਗਿਆ ਸਾਰਾ ਬਾਕੀ ਇੱਧਰ ਲੱਗੇ ਹੋਏ ਆ ਬਾਕੀ ਦੇਖ ਕੇ ਦਿਲ ਜਿਹਾ ਹੁਣ ਕਰ ਰਿਹਾ ਮੇਰਾ ਵੀ ਇੰਟਰਸਟ ਬਾਹਲਾ ਪੈਦਾ ਹੋ ਰਿਹਾ ਪਹਿਲਾਂ ਸੀਗਾ ਤਾਂ ਚਲੋ ਸੀਗਾ ਹੀ ਹੈ ਨਾ ਦੇਖ ਕੇ ਆਪਾਂ ਦੇਖਦੇ ਹੁੰਦੇ ਸੀਗੇ ਆਹ ਲਾ ਕੇ ਫੜਾ ਤਾ ਇਹਨੂੰ ਹੈ ਵੀਰੇ ਮੈਨੂੰ ਸਲਾਹ ਦੇ ਕਿ ਆਪਾਂ ਜੇ ਬਰਨਾ ਬੁਰਨਾ ਜੇ ਵਧੀਆ ਆਈ ਆਪਾਂ ਲਈਏ ਕਿ ਨਾ ਲਈਏ ਚਲੋ ਜੀ ਕਦੇ ਵੀ ਨਾ ਲਈਏ ਕਿਉਂ 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 14 ਲੱਖ ਚ ਹੋਰ ਬਹੁਤ ਗੱਡੀਆਂ ਮਿਲ ਜਾਣੀਆਂ ਨੇ ਕਿਹੜੀਆਂ ਫਿਰ ਵੀ ਸੁਜੈਸ਼ਨ ਬਾਈ 14 ਲੱਖ ਨਾਲ ਉਹਨਾਂ ਯਾਰ ਤੂੰ 4 ਲੱਖ ਰੁਪਏ ਦੀ ਸਕਾਰਪੀਓ ਲੈ ਦੇ ਹੱਗ ਨਾ ਬਰਨਾ ਪਤਾ ਕਿਉਂ ਨਹੀਂ ਲੈਣੀ ਚਾਹੀਦੀ ਫੇਰ ਤਾਂ ਮੁੰਡੇ ਨੇ ਕੋ ਹੋਰ ਕਹਿ ਦੇਣਾ ਫੇਰ ਤਾਂ ਕਹਿਣਾ 2 ਲੱਖ ਰੁਪਏ ਹੋਰ ਪਾ ਕੇ ਉਹ ਕਰੀ ਜਾ ਸੈਮ ਬਾਈ ਤਾਂ ਫਿਰ ਮੈਂ ਕਹਿ ਦੂੰਗਾ ਵੀ 35 ਲੱਖ ਹੋਰ ਪੈਣਾ ਫੋਰਚੂਨਰ ਹੀ 35 ਲੱਖ ਹੋਰ ਪੈਣਾ ਫੋਰਚੂਨਰ ਫਿਰ ਕਹਿਣਾ 20 ਲੱਖ ਹੋਰ ਪੈਣਾ ਬੀਐਮ ਦੇਖ ਯਾਰ ਬਰਨਾ ਪਤਾ ਮੈਂ ਬਰਨਾ ਠੀਕ ਆ ਗੱਡੀ ਵਧੀਆ ਮਾਡਲ ਪਰ ਉਹ ਲੌਂਗ ਲਾਈਫ ਨਹੀਂ ਚੱਲਦੀ ਲੌਂਗ ਲਾਈਫ ਜਿਵੇਂ ਤੂੰ ਚਲਾਉਣੀ ਆ ਆਪਣਾ ਨਹੀਂ ਪਤਾ ਲੌਂਗ ਲਾਈਫ ਆਪਾਂ ਚੱਲਣਾ ਕਿ ਨਹੀਂ ਜਿੰਨੀ ਤੂੰ ਚਲਾਈ ਆ ਤੈਨੂੰ ਲੈ ਲੈਣੀ ਚਾਹੀਦੀ ਆ ਇਹੋ ਜਿਹੀ ਸ਼ਾਇਦ ਚਲਾ ਲੈਣੀ ਚਾਹੀਦੀ ਆ ਮੈਂ ਬਈ ਸਿਰਫ 3500 ਚਲਾਈ 3500 ਵੀ ਨਹੀਂ ਪਰ ਜਿਵੇਂ ਮੈਂ ਕਈ 7 ਮਹੀਨਿਆਂ ਚ 30000 ਚਲਾਤੀ ਆ ਤੇ ਮੈਨੂੰ ਨਹੀਂ ਬਰਨਾ ਸੈਟ ਨਹੀਂ ਕਿਉਂਕਿ ਬਰਨਾ ਮੈਂ ਜਿੰਨਾ ਲੱਖ 1.5 ਲੱਖ ਤੱਕ ਹੀ ਜਾਂਦਾ ਜਿੰਨਾ ਧੱਕਾ ਮੈਂ ਕਰਦਾ ਮੈਂ ਟੋਇਟਾ ਤਾਂ ਲਈ ਉਹ 5 ਲੱਖ ਤੱਕ ਦਾ ਇੰਜਨ ਨੂੰ ਚਾਬੀ ਵੀ ਨਹੀਂ ਦਿੰਦਾ ਹੋ ਯਾਰ ਮੈਂ ਹੁਣ ਥੋੜਾ ਗਰੀਬ ਆ ਯਾਰ ਮੈਂ ਮੋਟਰਸਾਈਕਲ ਸਾਈਕਲ ਆਪਣੇ ਸਕੂਟਰੀਆਂ ਸਕਾਟਰੀਆਂ ਤੇ ਤੁਰ ਕੇ ਚਲੇ ਜਾਂਦਾ ਜਾਣ ਕੇ ਤੁਹਾਨੂੰ ਪਤਾ ਡਾਊਨ ਟੂ ਅਰਥ ਬੰਦੇ ਭਾਈ ਅਸਲ ਤੇ ਪਤਾ ਕੀ ਹਰਸ਼ ਜਗਰਾਂ ਕੋਲ ਗੱਡੀਆਂ ਵਾਲੀਆਂ ਨੇ ਹੁਣ ਇੰਨੀਆਂ ਗੱਡੀਆਂ ਵੀ ਪਤਾ ਹੀ ਲੱਗਦਾ ਤਾਂ ਹੀ ਥੋੜੀ ਥੋੜੀ ਚੱਲਦੀਆਂ ਆ ਰਿਮੋਟ ਵਾਲੀਆਂ ਨੇ ਪਰ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਪਤਾ ਲੱਗਦਾ ਨਹੀਂ ਨਹੀਂ ਲੱਗਦਾ 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 ਗੰਦੀ ਉਹ ਗੰਦੀ ਵੀ ਹੋ ਗਈ ਇਹ ਫੋਰਨ ਬਈ ਤੂੰ ਨਵੀਂ ਲੈ ਕੇ ਆਈਏ ਮੇਰੇ ਕੋਲ ਪਈਆ ਮੇਰੇ ਲਈ ਪਾਲਾ ਸੇਮ ਪਈਆ ਹੋ ਗਿਆ ਕੰਮ ਜਿਆਦਾ ਨਹੀਂ ਨਹੀਂ ਵਧੀਆ ਆ ਪਰ ਵਧੀਆ ਲੱਗਦੀ ਆ ਤੇਰੇ ਬਾਈ ਪੂਰਾ ਇਸ਼ਕ ਲੱਗਦਾ ਬਾਈ ਛੱਲੇ ਨਾ ਟਰੈਕਟਰ ਤੇ ਉਹ ਡੀਜ਼ਲ ਪੈ ਗਿਆ ਹਾਂ ਉਹੀ ਪਿਆ ਨਾ ਤਾਂ ਹੀ ਆ ਮੈਨੂੰ ਮੇਰੇ ਲਈ ਪਾਲਾ ਮੇਰੇ ਕੋ ਪਈਆ ਇੱਥੇ ਰੱਖੀ ਯਾਰ ਗਾਲੀ ਪਾ ਗਿਆ ਕਰੋ ਦੇਖ ਲਓ ਮੈਂ ਮੇਰੇ ਜਾ ਮੈਨੂੰ ਪਤਾ ਸੀ ਮੈਨੂੰ ਸੱਚੀ ਪਤਾ ਸੀਗਾ ਮੇਰੇ ਸਿੱਟੀ ਖਰਾਬ ਹੋਣੀ ਆ ਉੱਥੇ ਤਾਂ ਹੀ ਮੈਂ ਆਉਂਦੇ ਨਵੀਂ ਕਾਲੇ ਰੰਗ ਦੀ ਕੋਈ ਨਾ ਕੋਈ ਨਾ ਬਰੋ ਨੋ ਬਰੋ ਨੋ ਟੈਨਸ਼ਨ ਨੋ ਟੈਨਸ਼ਨ ਬੁੱਟਰ ਮੈਂ ਤੇਰੀਆਂ ਟੀ ਸ਼ਰਟਾਂ ਪਾ ਲੈਂਦਾ ਨਾ ਫਿਰ ਕੀ ਹੋ ਗਿਆ ਬਸ ਹੋਰ ਨਹੀਂ ਟੀ ਸ਼ਰਟਾਂ ਪਾ ਲੈਂਦਾ ਟੀ ਸ਼ਰਟਾਂ ਹਾਂ ਕੁਛ ਤਾਂ ਪਾਉਂਦਾ ਜੇ ਆਪਾਂ ਡੋਰ ਬੰਦ ਕਰ ਦਈਏ ਕਿਉਂਕਿ ਗੱਡੀ ਅੰਦਰ ਜਮਾ ਭਰ ਜਾਣੀ ਤਾਂ ਹੀ ਮੈਂ ਕਹਿ ਰਿਹਾ ਵੀ ਕਰ ਦੇਣਾ ਚਾਹੀਦਾ ਤਾਂ ਹੀ ਵੀਰੇ ਹਾਂ ਯਾਰ ਕਰ ਦਿੰਦੇ ਇਹ ਵਧੀਆ ਸਲਾਹ ਦੇ ਗਿਆ ਅੰਦਰ ਜਾਂਦਾ ਇਹ ਪੁੱਠੇ ਵਗੇ ਭਾਈ ਮੇਰਾ ਸਾਈਡ ਤੇ ਨਹੀਂ ਫੋਟੋ ਕਰਾ ਲਈਏ ਇੱਕ ਆਪਾਂ ਮੇਰੀ ਪਤਾ ਲੱਗੂ ਇਹ ਤਾਂ ਹੈ ਬਾਈ ਜੀ ਸਵਰਗ ਦੇਖ ਰਹੇ ਆ ਮੈਨੂੰ ਜਲਦੀ ਜਲਦੀ ਚਲਾ ਲਓ ਇਹਨੂੰ ਇਦੂ ਪਹਿਲਾਂ ਕਿ ਨਰਕ ਵੀ ਦੇਖ ਜਾਣਾ ਧਿਆਨ ਨਾਲ ਚਲਾਈ ਹੈ ਮੇਰਾ ਵੀਰ ਹੱਥ ਪੱਲੇ ਮੈਂ ਪਾਲੇ ਆ ਦੇਖ ਲਾ ਹਾਂ ਹਾਂ ਇੰਨਾ ਧਿਆਨ ਨਾਲ ਨਹੀਂ ਬਾਏ ਬਾਈ ਜਿਉਂਦੇ ਰਹੇ ਤਾਂ ਮਿਲਾਂਗੇ ਇਹਨੂੰ ਕਹਿੰਦੇ ਆ ਸੀਟੀ ਬਾਹਰ ਠੀਕ ਆ ਚੱਲ 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 ਸਰ ਉਹ ਦੇ ਬਾਈ
ਠੀਕ ਆ ਠੀਕ ਆ ਠੀਕ ਆ ਭਾਈ ਇਹ ਲੱਤਾਂ ਤਾਂ ਲੱਤਾਂ ਕਰਾ ਦੀਆਂ ਤਾਂ ਐ ਮਿੰਟਾਂ 'ਚ ਮਿੱਟੀ ਮਿੱਟੀ ਕਰਤੀ ਜਾਂਦਾ ਨੇ ਚਾਚੇ ਜਨਤਾ ਨੂੰ ਪੰਪਾਂ ਦੀ ਲੋੜ ਹੀ ਹੁੰਦੀ ਆ ਇਹ ਤਿਆਰ ਆ ਸਹੀ ਗੱਲ ਆ ਤੂੰ ਕਹਿੰਦੇ ਮੈਂ ਪੈਸਾ ਹੋਰ ਕਮਾਉਣਾ ਗੁਰੀਏ ਅਰਬਪਤੀ ਬਣਨ ਵਾਲਿਆ ਬਸ ਫਿਰ ਤਾਂ ਹੀ ਤਾਂ ਆਪਾਂ ਉੱਥੇ ਨਹੀਂ ਬੈਠੇ ਨਹੀਂ ਹੈ ਨਹੀਂ ਗਾ ਮੈਂ ਵੀ ਇਹੀ ਬੈਠਾ ਵਾ ਉਹ ਸਾਡੀ ਜ਼ਿੰਮੇਵਾਰੀ ਹੈ ਨੀ ਹੱਥ ਪਾ ਕੇ ਬੈਠੀ ਮੈਨੂੰ ਪਤਾ ਨਹੀਂ ਸੀਗਾ ਬਾਬੇ ਮੈਨੂੰ ਚੱਕਣਾ ਵਾ ਮੈਂ ਬਾਂਹ ਪਾਈ ਹੋਈ ਐਸ ਲੋਟ ਇੱਕਦਮ ਚੱਕਦਾ ਮੇਰੀ ਬਾਂਹ ਦਾ ਮੈਨੂੰ ਨਹੀਂ ਪਤਾ ਕੀ ਬਣਿਆ ਉਦੋਂ ਬਾਅਦ ਕੀ ਬਣ ਗਿਆ ਭਰਾ ਨਾਲ ਹੀ ਛਾਲ ਮਾਰ ਕੇ ਉੱਤਰ ਗਿਆ ਕੀ ਨਹੀਂ ਪਤਾ ਮੈਂ ਸ਼ੁਕਰ ਕਰ ਕੀ ਪਤਾ ਬਣ ਜਾਂਦੀ ਫਿਰ ਤਿੰਨ ਪਾਸੋਂ ਮੁੜਨੀ ਮੇਰੀ ਬਾਂਹ ਇੱਥੇ ਜੇ ਵਸਾਈ ਹੋਈ ਸੀ ਬਾਂਹ ਬਾਬੇ ਮੈਂ ਐਸ ਲੋਟ ਮੈਂ ਚੱਕਤੀ ਮੈਂ ਤਾਂ ਲੋਟ ਆ ਤੂੰ ਦੱਸ ਇੱਥੇ ਬੈਠਾ ਹੀ ਚੌਂਕੜੀ ਮਾਰ ਕੇ ਪਿੱਛੇ ਹੋ ਜਾ ਬਾਬੇ ਪਿੱਛੇ ਹੋ ਜਾ ਕੋਈ ਪਤਾ ਨਹੀਂ ਇੱਥੇ ਮੇਰਾ ਕਿਹੜੇ ਵੇਲੇ ਕਿੱਧਰ ਨੂੰ ਹੋ ਜਾ ਬਾਬੇ ਬਾਕੀ ਗੱਲਾਂ ਮੈਨੂੰ ਸਟੇਅਰਿੰਗ ਬੜਾ ਘੈਂਟ ਲੱਗਿਆ ਇਹਦਾ ਬਾਬੇ ਭਾਈ ਜਮਾ ਡਰਿਆ ਬੈਠਾ ਬੰਦੇ ਤੋਂ ਕਿਉਂਕਿ ਇਹਨੇ ਪਹਿਲੀ ਵਾਰ ਟਰੈਕਟਰ ਚਲਾਇਆ ਵਾ ਪਹਿਲੀ ਵਾਰ ਚਲਾਇਆ ਮੈਨੂੰ ਡਰ ਲੱਗਦਾ ਸੱਚੀ ਗੱਲ ਆ ਗਿਆ ਤੈਨੂੰ ਕੀ ਆ ਕਹਿੰਦੇ ਮਸਾਂ ਲੱਗਿਆ ਬਾਬੇ ਆਹ ਬੰਦਾ ਮੇਰਾ ਅੱਜ ਦੀ ਡੇਟ ਲਈ ਕੋਚ ਆ ਇਹ ਮੈਨੂੰ ਸਾਰਾ ਟਰੈਕਟਰ ਸਿਖਾਤਾ ਕਿਵੇਂ ਚਲਾਉਣਾ ਕਿਵੇਂ ਨਹੀਂ ਏ ਟੂ ਜ਼ੈਡ ਬਾਕੀ ਮੈਂ ਸੋਚਿਆ ਠੀਕ ਹੈ ਐਡਾ ਵੱਡਾ ਚਲਾਊਂਗਾ ਕੇਰਾਂ ਹੀ ਦੋ ਤਰੀਕੇ ਛੋਟੇ ਤੋਂ ਸਟਾਰਟ ਕਰਾਂਗੇ ਮੈਂ ਅੱਜ ਕੇਰਾਂ ਹੀ ਚਲਾ ਲਿਆ ਐਡਾ ਵੱਡਾ ਬਾਜੀ ਪੂਰੀ ਘੈਂਟ ਫੀਲ ਆ ਵੀਰ ਵੀਰੇ ਇੱਧਰ ਆ ਜਾ ਨਹੀਂ ਨਹੀਂ ਵੀਰੇ ਤੂੰ ਸੁਣ ਆਰਾਮ ਨਾਲ ਕੋਈ ਨਹੀਂ ਬਾਕੀ ਵਧੀਆ ਲੱਗਿਆ ਬਾਬੇ ਹੈਲੀਕਾਪਟਰ ਰਖਾ ਵਾ ਟਰੈਕਟਰ ਜਾ ਚਲਾ ਕੇ ਸਵਾਦ ਹੀ ਆ ਗਿਆ ਵੈਸੇ ਹਾਂ ਬਾਬੇ ਬਟਨ ਬੁਟਨ ਦੇਖੋ ਤੁਹਾਨੂੰ ਦਿਖਾਉਂਦਾ ਜਹਾਜ਼ਾਂ ਵਾਲੇ ਬਟਨ ਲਾਈ ਫਿਰਦਾ ਇੱਧਰ ਸੂਰਜ ਬਹੁਤ ਵੱਡਾ ਨਾ ਉਹਦੇ ਕਰਕੇ ਅਸੀਂ ਕਦੇ ਗੱਡੀ ਜੇ ਸੀ ਚ ਬਹਿ ਜਾਂਦੀ ਕਦੇ ਆ ਜਾਂਦੇ ਗੱਡੀ ਕਹਿੰਦੇ ਪੂਰੇ ਗਲਤ ਤਰੀਕੇ ਨਾਲ ਲਾ ਕੇ ਪਾਰ ਕਰਕੇ ਉਹ ਚੱਲੇ ਆ ਹੁਣ ਅਸੀਂ ਤਾਂ ਬਈ ਜਾਣਾ ਸੀਗਾ ਉੱਡ ਪਾਈ ਹੋਣੀ ਕਹਿੰਦੇ ਚਲੋ ਖਾ ਲੈਂਦੇ ਹਾਂ ਕੋਈ ਮੈਂ ਕਿਹਾ ਚਲੋ ਹਾਂ ਬਿਲਕੁਲ ਕਿਉਂ ਨੀ ਨੂਰ ਵੀਰੇ ਫਿਰ ਕਿਵੇਂ ਚੱਲ ਰਿਹਾ ਤੇਰਾ ਕੰਮ ਕਰ ਬਿਜ਼ਨਸ ਤੇਰੇ ਵਧੀਆ ਚੱਲਦਾ ਵੀਰੇ ਬਿਜ਼ਨਸ ਤਾਂ ਕੋਈ ਨਹੀਂ ਹੈਗਾ ਆਪਣਾ ਕਿਵੇਂ ਗਲਾਸ ਛੁੱਟਿਆ ਹੋਇਆ ਪਿੱਛੋਂ ਤੇਰੇ ਹੁਣ ਤੂੰ ਬਹਿ ਜਾ ਬਾਦਾਂ ਦੇਖਣਾ ਨਹੀਂ ਨਹੀਂ ਮੈਂ ਠੀਕ ਆ ਨਹੀਂ ਟੁੱਟਿਆ ਯਾਰੂ ਟੈਨਸ਼ਨ ਪਾਤੀ ਸੀ ਮੈਨੂੰ ਗੱਲ ਚ ਲਿਆ ਤੇ ਮਤਲਬ ਕੱਟ ਦਿਓ ਹੋਰ ਫਿਰ ਕਿਵੇਂ ਲੱਗਿਆ ਫਿਰ ਸਾਰਾ ਕੁ ਓਵਰਆਲ ਵਧੀਆ ਸੀ ਤੇ ਫਿਰ ਕਿਵੇਂ ਲੱਗ ਰਿਹਾ ਤੈਨੂੰ ਇੰਨੀ ਛੋਟੀ ਉਮਰ ਵਿੱਚ ਮੋਟਾ ਪੈਸਾ ਛਾਪ ਕੇ ਵਧੀਆ ਲੱਗ ਰਿਹਾ ਬਹੁਤ ਨਜ਼ਾਰੇ ਲੈਂਦੇ ਆ ਨਜ਼ਾਰੇ ਲੈਂਦੇ ਹੋ ਬਾਈ ਪੱਕੀ ਅੱਛਾ ਲੱਗਦਾ ਹੈ ਮੁਝੇ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਹੈ ਬਹੁਤ ਅੱਛਾ ਲੱਗਦਾ ਹੈ ਬਹੁਤ ਅੱਛਾ ਲੱਗਦਾ ਹੈ ਮਜ਼ਾ ਆਤਾ ਹੈ ਮੀਮ ਨਾ ਬਣਾ ਦੇ ਨਹੀਂ ਨਹੀਂ ਵਧੀਆ ਗੱਲ ਆ ਨਾ ਵੀਰੇ ਆਪਾਂ ਮੀਮ ਨਹੀਂ ਯੂਜ਼ ਕਰਨੀ ਵੀਰੇ ਹਾਂ
ਹਾਂ ਵੀ ਅਰਚ ਗਰਾਉਂ ਭਜਾ ਕੇ ਲੈ ਜਾ ਮੇਰਾ ਵੀ ਇਹੀ ਕੰਮ ਆ ਕੁਛ ਨਹੀਂ ਕਹਿਣਾ ਚਾਹੁੰਦਾ ਏ ਥੱਲੇ ਹੁਣ ਜਾ ਜਾ गरम गरम लाइट बहुत गरम बहुत गरम बाबा लाइट यार सड़ गया बाबे हाथ मेरा हाथ सड़ गया और की बाकी अपना सेंटर ਤੇ ਬਹੁਤ ਜਲਦੀ ਬਣਦਾ ਪਿਆ ਦੁਬਾਰਾ ਪਾਵਾਂਗੇ ਵਿੱਚ ਠੀਕ ਹੈ ਵੀਰੇ ਕੋਈ ਇਹੋ ਜਿਹਾ ਬਣਾ ਲੈਗਾ ਵੀ ਰੈਕੋਰਡ ਤੇ ਕਿਸੇ ਦਾ ਨਹੀਂ ਹੋਊ ਬਾਹਰ ਠੀਕ ਆ ਡਨ ਤੇ ਨੂਰ ਵੀਰੇ ਓਕੇ ਟਾਟਾ ਬਾਏ ਬਾਏ ਸੀ ਯੂ ਮਿਲ ਯੂ ਮੀਟ ਸਮਨ ਨੇਸ਼ਨ ਇੰਡੀਆ ਕਿੱਥੇ ਬਿਲ ਵੀ ਵਿਲ ਮੀਟ ਸੂਨ ਓਕੇ ਵੀਰੇ ਤੁਸੀਂ ਇੰਸਟੀਚਿਊਟ ਲੱਗੇ ਹੋਏ ਹੋ ਨਹੀਂ ਵੀਰੇ ਲੱਗਿਆ ਨਹੀਂ ਮੈਂ ਪੜਾਉਣਾ ਵਾ ਵੀਰੇ ਨਹੀਂ ਰਿਹਾ ਬਾਈ ਜੀ ਥੋੜਾ ਜਿਹਾ ਆਏ ਹਾਂ ਮੈਨੂੰ ਤੁਸੀਂ ਫੋਨ ਤੇ ਦੱਸਿਆ ਸੀਗਾ ਵੀ ਮੈਂ ਇੰਸਟੀਚਿਊਟ ਕਦੇ ਕਦੇ ਜਾਣਾ ਹੁੰਦਾ ਹਾਂ ਮੈਂ ਪੜਦਾ ਵਾਂ ਇਹਦਾ ਇੰਗਲਿਸ਼ ਤਾਂ ਯੂ ਨੋ ਡਾਟ ਪ੍ਰੋਪਰ ਪੜਾਉਂਦੇ ਆ ਉੱਥੇ ਯਾਰ ਉਹ ਬੱਚੇ ਤੁਹਾਡੇ ਵਰਗੇ ਮਿਲਦੇ ਆ ਤਾਂ ਭੁੱਲ ਜਾਂਦਾ ਵੀਰੇ ਇਹਦੀਆਂ ਚੀਜ਼ਾਂ ਮੈਂ ਹਨਾ ਚਲ ਓਕੇ ਵੀਰੇ ਤੂੰ ਤਾਂ ਨਾਲ ਜਾਣਾ ਤੂੰ ਮੇਰੇ ਨਾਲ ਜਾਣਾ ਤੂੰ ਤਾਂ ਮੇਰੇ ਨਾਲ ਜਾਣਾ ਚੱਲ ਆ ਜਾ ਥੋੜ੍ਹੀ ਜਿਹੀ ਹਵਾ ਤੇਰੇ 'ਚ ਵੀ ਭਰਾ ਦਈਏ ਯਾਰ ਹੈਂ ਚੱਲ ਆ ਜਾ ਘੱਟੋ ਘੱਟ ਨਹੀਂ ਤਾਂ ਪੰਜ ਛੇ ਜਣਿਆਂ ਤੋਂ ਫੋਨ ਕਰਾਉਣੇ ਪਏ ਫੇਰ ਜਾ ਕੇ ਇਹਨੂੰ ਛੱਡਿਆ ਚੱਲ ਬਾਈ ਹੁਣ ਚੋਭਰਾ ਚੱਲ ਹੁਣ ਘਰੇ ਬਾਏ ਬਾਈ ਬਾਏ ਬਾਏ ਜਾਓ ਜਾਓ ਦਿਖਿਓ ਨਾ ਹੁਣ ਇੱਥੇ ਪੁਲਿਸ ਵਾਲੇ ਫੜ ਲੈਂਦੇ ਆ ਤਾਂ ਫਾਈਨਲੀ ਮੈਂ ਘਰੇ ਆ ਚੁੱਕਿਆ ਅਤੇ ਕਹੀ ਸੀ ਇਹ ਸਾਡਾ ਅੱਜ ਦਾ ਵਲੋਗ ਕਿਵੇਂ ਲੱਗਿਆ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਿਓ ਇਸ ਤਰ੍ਹਾਂ ਦੇ ਵਲੋਗ ਹੋਰ ਦੇਖਣ ਲਈ ਆਪਾਂ ਹੋਰ ਵੀ ਕੋਲੈਬਰੇਸ਼ਨਾਂ ਕਰਦੇ ਰਹਾਂਗੇ ਤਾਂ ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵਲੋਗ